ਝਾਕੀ ਕਿਹੜੀ ਭੇਜਣੀ ਹੁਣ? ਮਾਈ ਭਾਗੋ ਦੀ ਝਾਕੀ ਪਿਛਲੇ ਸਾਲ ਮੰਗੀ ਸੀ, ਉਹ ਭੇਜੀ ਨੀ ਪਿਛਲੇ ਸਾਲ, ਇਸ ਸਾਲ ਭੇਜਤੀ। ਇਹਨਾਂ ਨੂੰ ਕੋਈ ਫਰਕ ਹੀ ਨੀ ਪਤਾ। ਦੇਖ ਲਓ ਰੁਦੂ ਸਿੰਘ ਇੱਥੇ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰਨਾ, ਕਿਸੇ ਦੇ ਉਹਦੇ ਤੇ ਕਬਜ਼ਾ ਕਰਨਾ, ਪਹਿਲਾਂ ਕੋਈ ਹੈ? ਇੱਥੇ ਪ੍ਰੋਬਲਮ ਇਹ ਹੈ ਕਿ ਇੱਥੇ ਕਾਂਗਰਸ ਘੱਟ, ਔਰ ਦੂਸਰਾ ਇਹ ਜਿਹੜਾ ਗਠਬੰਧਨ ਹੈ, ਤੁਸੀਂ ਇੱਕ ਨੂੰ ਤਾਂ ਸੱਤਾ ਦੇਤੀ, ਇੱਕ ਨੂੰ ਤੁਸੀਂ ਜਿਹੜਾ ਅਪੋਜੀਸ਼ਨ 'ਚ ਬਿਠਾਤਾ। ਮੇਨ ਅਪੋਜੀਸ਼ਨ ਇੱਥੇ ਪੰਜਾਬ 'ਚ ਕਾਂਗਰਸ, ਅਤੇ ਉਹ ਲੋਕਾਂ ਦੀਆਂ ਭਾਵਨਾਵਾਂ ਨਾਲ ਵੀ ਖਿਲਵਾੜ, ਲੋਕਾਂ ਨਾਲ ਧੋਖਾ, ਅਤੇ ਆਪਸ 'ਚ ਗਠਬੰਧਨ ਕਰਦੇ। ਅਸੀਂ ਤਾਂ ਕਹਿੰਦੇ ਆ ਜਾਓ, ਸੁਨੀਲ ਜਾਖੜ ਦੇ ਪ੍ਰਧਾਨ ਬਣਨ ਦਾ ਸਾਨੂੰ ਇੱਕ ਲਾਭ ਹੋਇਆ, ਇਹ ਸਾਡਾ ਫੇਸ ਥੋੜ੍ਹਾ ਸੈਕੂਲਰ ਬਣਿਆ, ਨਹੀਂ ਤਾਂ ਸਾਡੇ 'ਤੇ ਬਹੁਤ ਸਾਰੇ ਆਰੋਪ ਲੱਗਦਾ ਸੀਗਾ। ਉਹਦੇ 'ਚ ਬਹੁਤ ਬੜਾ ਯੋਗਦਾਨ ਕੀਤਾ ਸੀ ਪੰਜਾਬ ਪੁਲਿਸ ਦਾ, ਪਰ ਅੱਜ ਪੰਜਾਬ ਪੁਲਿਸ ਦੀ ਕੀ ਦੁਰਦਸ਼ਾ ਕਰਤੀ? ਉਹ ਲੀਡਰਸ਼ਿਪ ਦਾ ਫਰਕ ਆ। ਅੱਜ ਲੀਡਰਸ਼ਿਪ ਐਸੀ ਮਿਲ ਗਈ ਆ ਭਗਵੰਤ ਮਾਨ ਕੇਜਰੀਵਾਲ ਦੇ ਰੂਪ 'ਚ, ਜਿਹੜੇ ਬਦਲਾ ਲੋਕ ਕਾਰਵਾਈਆਂ ਕਰਾਉਂਦੇ ਨੇ। ਉਹ ਮੈਂ ਸਮਝਦਾ ਕਿ ਇਹ ਡੈਮੋਕ੍ਰੇਸੀ ਨੂੰ ਗਲਤ ਦਿਸ਼ਾ ਦਿੱਤੀ ਜਾ ਰਹੀ ਹੈ, ਡਾਇਰੈਕਸ਼ਨ ਗਲਤ ਦਿੱਤੀ ਜਾ ਰਹੀ ਹੈ। ਇਸ ਕਰਕੇ ਪੰਜਾਬ ਦਾ ਜਿਹੜਾ ਹੈ ਵਿਕਾਸ ਵੀ ਰੁਕ ਰਿਹਾ। ਪੰਜਾਬ 'ਚੋਂ ਪਹਿਲਾਂ 10,000 ਕਰੋੜ ਦੀ ਇਨਵੈਸਟਮੈਂਟ ਜਾ ਚੁੱਕੀ ਹੈ। ਇਹ ਝੂਠ ਬੋਲਦੇ ਆ ਕਿ ਇਨਵੈਸਟਮੈਂਟ ਆ ਰਹੀਆਂ ਨੇ, 10,000 ਕਰੋੜ ਦੀ ਇਨਵੈਸਟਮੈਂਟ ਯੂਪੀ ਜਾ ਚੁੱਕੀ ਹੈ, ਕਿਉਂਕਿ ਜਿਹੜੀ ਜਗ੍ਹਾ ਸੁਰੱਖਿਅਤ ਹੋਵੇ ਨਾ, ਲੋਕ ਉੱਥੇ ਜਾਂਦੇ। ਔਰ ਹੁਣ 2,500 ਕਰੋੜ ਦੀ ਫੇਰ ਜਾ ਰਹੀ ਹੈ, ਲੋਕ ਇੰਡਸਟਰੀਅਲਿਸਟ ਜਿਹੜੇ ਆ ਸੰਪਰਕ ਕਰਕੇ ਉੱਥੇ ਜਾ ਕੇ ਜਗ੍ਹਾ ਲੈਂਦੇ ਆ, ਉੱਥੇ ਆਪਦੀ ਇੰਡਸਟਰੀ ਸਥਾਪਿਤ ਕਰਦੇ ਆ, ਪੰਜਾਬ 'ਚੋਂ ਚਲੇ ਜਾਂਦੇ ਆ, ਕਿਉਂਕਿ ਇੱਥੇ ਤਾਂ ਇਹ ਨਹੀਂ ਪਤਾ। ਆ ਜੇਲ੍ਹਾਂ 'ਚ ਦੇਖੋ, ਜੇਲ੍ਹ ਮੰਤਰੀ ਖੁਦ ਆ ਭਗਵੰਤ ਮਾਨ, ਜੇਲ੍ਹ ਡਿਪਾਰਟਮੈਂਟ ਉਹਨਾਂ ਦੇ ਕੋਲ, ਉਹਦੇ ਅੰਦਰ ਜਿਸ ਤਰ੍ਹਾਂ ਜਸ਼ਨ ਮਨਾਏ ਜਾ ਰਹੇ ਆ, ਔਰ ਵੀਡੀਓ ਅਪਲੋਡ ਹੋ ਰਹੀਆਂ ਨੇ, ਟੈਲੀਫੋਨ ਪਕੜੇ ਜਾ ਰਹੇ ਆ, ਉੱਥੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਨੇ, ਇਹ ਸਾਰਾ ਜੋ ਹੋ ਰਿਹਾ। ਇੱਕ ਜੇਲ੍ਹ ਮੰਤਰੀ ਜਿਹਦੇ ਕੋਲ ਡਿਪਾਰਟਮੈਂਟ ਹੋਵੇ, ਉਹਨੂੰ ਰਿਸਪੋਂਸੀਬਲ ਹੋਣਾ ਚਾਹੀਦਾ, ਉਹਨੂੰ ਪੰਜਾਬ ਦੇ ਲੋਕਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਕਿ ਸਾਡੀ ਗਲਤੀ ਆ। ਅਤੇ ਇਸੇ ਤਰ੍ਹਾਂ ਜਿਹੜੀ ਝਾਕੀ ਆ, ਇਹਦਾ ਇੱਕ ਬਵੰਡਰ ਬਣਾਇਆ ਜਾ ਰਿਹਾ ਬਿਨਾਂ ਗੱਲਬਾਤ ਤੋਂ। ਇਹ DRDO ਡਿਫੈਂਸ ਦੀ ਇੱਕ ਕਮੇਟੀ ਹੈ, ਜਿਨ੍ਹਾਂ ਨੇ ਇਹ ਤੈਅ ਕਰਨਾ ਹੁੰਦਾ ਕਿ ਉਹਨਾਂ ਨੇ ਕੁਛ ਮਾਪਦੰਡ ਤੈਅ ਕੀਤੇ ਹੁੰਦੇ ਆ ਕਿ ਝਾਕੀ ਕਿਹੜੀ ਭੇਜਣੀ। ਹੁਣ ਮਾਈ ਭਾਗੋ ਦੀ ਝਾਕੀ ਪਿਛਲੇ ਸਾਲ ਮੰਗੀ ਸੀ, ਉਹ ਭੇਜੀ ਨਹੀਂ ਪਿਛਲੇ ਸਾਲ, ਇਸ ਸਾਲ ਭੇਜਤੀ। ਇਹਨਾਂ ਨੂੰ ਕੋਈ ਫਰਕ ਹੀ ਨਹੀਂ ਪਤਾ, ਕਿਉਂਕਿ ਉਹ ਆਪਣਾ ਕੋ ਨਸ਼ੇ 'ਚ ਰਹਿੰਦੇ ਆ ਥੋੜ੍ਹਾ ਜਿਹਾ, ਅਤੇ ਉਹਨਾਂ ਨੂੰ ਸਾਲ ਦਾ ਨਹੀਂ ਪਤਾ ਲੱਗਦਾ, ਉਹ ਨਿਕਲ ਗਿਆ ਪਿਛਲਾ ਸਾਲ। ਅਤੇ ਉਹ ਇਸ ਕਰਕੇ ਝਾਕੀਆਂ ਸ਼ਾਮਿਲ ਨਹੀਂ ਹੋਈਆਂ ਕਿ ਜਿਹੜੇ ਮਾਪਦੰਡ ਤੈਅ ਕੀਤੇ ਸੀ ਉਹਨਾਂ 'ਤੇ ਉਹ ਖਰੀਆਂ ਨਹੀਂ ਉਤਰੀਆਂ ਨੇ ਨਾ। ਹੁਣ ਅੱਗੇ ਵੀ ਕਹਿਣਾ ਕਿ ਅਸੀਂ 350 ਤੋਂ 400 ਸੀਟਾਂ ਲਵਾਂਗੇ, ਇਹ ਇਹਨਾਂ ਦਾ ਸਾਰਿਆਂ ਦਾ ਫੇਰਾ ਕਿਸਾਨਾਂ ਨੇ ਹੀ ਇਲਾਜ ਕਰ ਦੇਣਾ, ਜਥੇਬੰਦੀ ਵਾਲਿਆਂ ਦਾ। ਅਤੇ ਦੇਖ ਲਓ ਹੁਣ ਰੁਦੂ ਸਿੰਘ ਇੱਥੇ ਕਿਸੇ ਦੀ ਜ਼ਮੀਨ 'ਤੇ ਕਬਜ਼ਾ ਕਰਨਾ, ਕਿਸੇ ਦੇ ਉਹਦੇ 'ਤੇ ਕਬਜ਼ਾ ਕਰਨਾ, ਪਹਿਲਾਂ ਕੋਈ ਹੈ? ਕਿਸਾਨ ਇੱਟ, ਕਿਸਾਨ ਤਾਂ ਉੱਧਰ ਨੂੰ ਤਾਂ ਰੋਟੀ ਨਹੀਂ ਮਿਲਦੀ, ਉਹ ਤਾਂ ਆਤਮ ਹੱਤਿਆ ਕਰਦੇ, ਇਹਦੀ ਕਿਸਾਨ ਇੱਟ ਚੱਲਦੀ ਹੈ। ਮਸਤੀਆਂ ਲੈ ਰਹੇ ਨੇ, ਪੈਸੇ ਪੂਸੇ ਵਧੀਆ ਬਣ ਗਏ, ਅਤੇ ਅੱਗੇ ਵੀ ਬਣਾਉਣਗੇ। ਸਾਡੇ ਲਈ ਤਾਂ ਵਰਦਾਨ ਆ ਜੇ ਉਹ ਗਠਬੰਧਨ ਹੋ ਜਾਏ। ਦੇਖੋ ਜਿਹੜੀਆਂ ਪਾਰਟੀਆਂ ਐਂਟੀ ਕਾਂਗਰਸਿਜ਼ਮ 'ਤੇ ਖੜੀਆਂ ਹੁੰਦੀਆਂ ਨੇ ਕਾਂਗਰਸ ਦੇ ਵਿਰੋਧ 'ਚ, ਜਿਵੇਂ ਆਮ ਆਦਮੀ ਪਾਰਟੀ ਕਾਂਗਰਸ ਦੇ ਵਿਰੋਧ 'ਚ ਹੀ ਤਾਂ ਖੜੀ ਹੋਈ ਹੈ, ਅਤੇ ਉਹ ਪਾਰਟੀਆਂ ਜਦੋਂ ਆਪਸ 'ਚ ਗਠਬੰਧਨ ਕਰ ਲੈਂਦੀਆਂ ਨੇ ਤਾਂ ਉਹਦੇ 'ਚੋਂ ਇੱਕ ਨੇ ਖਤਮ ਹੋਣਾ ਹੁੰਦਾ। ਇੱਥੇ ਪ੍ਰੋਬਲਮ ਇਹ ਆ ਕਿ ਇੱਥੇ ਕਾਂਗਰਸ ਖਤਮ ਹੋ, ਔਰ ਦੂਸਰਾ ਇਹ ਜਿਹੜਾ ਗਠਬੰਧਨ ਆ, ਤੁਸੀਂ ਇੱਕ ਨੂੰ ਤਾਂ ਸੱਤਾ ਦੇਤੀ, ਇੱਕ ਨੂੰ ਤੁਸੀਂ ਜਿਹੜਾ ਅਪੋਜੀਸ਼ਨ 'ਚ ਬਿਠਾਤਾ। ਮੇਨ ਅਪੋਜੀਸ਼ਨ ਇੱਥੇ ਪੰਜਾਬ 'ਚ ਕਾਂਗਰਸ ਆ, ਅਤੇ ਉਹ ਲੋਕਾਂ ਦੀਆਂ ਭਾਵਨਾਵਾਂ ਨਾਲ ਵੀ ਖਿਲਵਾੜ ਆ, ਲੋਕਾਂ ਨਾਲ ਧੋਖਾ, ਅਤੇ ਆਪਸ 'ਚ ਗਠਬੰਧਨ ਕਰਦੇ। ਅਸੀਂ ਤਾਂ ਕਹਿੰਦੇ ਆ ਜਾਓ, BJP ਤਾਂ ਇਹ ਤੈਅ ਆ ਕਿ ਜੇ ਪੰਜਾਬ ਦੇ ਅੰਦਰ ਤੁਸੀਂ ਗੈਂਗਸਟਰ ਮੁਕਤ ਕਰਨਾ, ਪੰਜਾਬ ਨੂੰ ਕਤਲੋਗਾਰਤ ਤੋਂ ਬਚਾਉਣਾ, ਅਸੀਂ ਉੱਤਰ ਪ੍ਰਦੇਸ਼ 'ਚ ਕਰਕੇ ਦਿਖਾਇਆ,
ਇਹਨਾਂ ਨੂੰ ਕਹੋ ਨਾ ਜਿੰਨੇ ਗੈਂਗਸਟਰ ਨੇ ਜਾ ਕੇ ਉੱਥੇ ਪਰ ਮਾਰ ਕੇ ਆਉਣ, ਗਰਾਂ 'ਚ ਤਖਤੀਆਂ ਪਾ ਪਾ ਭੱਜੇ ਫਿਰਦੇ ਆ। ਮੈਂ ਤਾਂ ਯੂਪੀ 'ਚ ਮੀਟਿੰਗਾਂ ਲੈਣ ਪਾਰਟੀ ਦੀਆਂ ਜਾਂਦਾ ਰਹਿਣਾ, ਉਹ ਕਹਿੰਦੇ ਸਾਨੂੰ ਬਚਾ ਲਓ। ਅਤੇ ਜੇ ਬਚਣਾ ਹੈਗਾ ਤਾਂ ਇੱਥੇ ਵੀ ਲੋਕ ਆਮ ਪਿੰਡਾਂ 'ਚ ਕਹਿਣ ਲੱਗ ਗਏ ਜਦੋਂ ਕਤਲੋਗਾਰਤ ਹੁੰਦੀ ਹੈ ਨਾ, ਉਹ ਕਹਿੰਦੇ ਯੋਗੀ ਚਾਹੀਦਾ। ਭਾਈ ਜੇ ਮੋਦੀ ਨੂੰ ਨਹੀਂ ਲਿਆਉਂਗੇ ਯੋਗੀ ਕਿੱਥੋਂ ਆਜੂਗਾ, ਠੀਕ ਹੈ ਨਾ ਗੱਲ। ਤਾਂ ਇਸ ਕਰਕੇ ਇਹ ਜੇ ਇੱਥੇ ਇਹਦਾ ਵਿਕਾਸ ਕਰਨਾ, ਇੱਥੇ ਰੁਜ਼ਗਾਰ ਦੇ ਉਪਰਾਲੇ ਪੈਦਾ ਕਰਨੇ, ਜਦੋਂ ਇੰਡਸਟਰੀ ਨਹੀਂ ਹੋਊਗੀ ਤਾਂ ਰੁਜ਼ਗਾਰ ਦੇ ਉਪਰਾਲੇ ਕਿੱਥੋਂ ਹੋਣਗੇ। ਅਤੇ ਇਹ ਸਾਰਾ, ਕਿਉਂਕਿ ਸਰਕਾਰੀ ਨੌਕਰੀਆਂ ਬਹੁਤ ਘੱਟ ਹੁੰਦੀਆਂ, ਅਤੇ ਇਹ ਤਾਂ ਝੂਠ 'ਤੇ ਚਲਾਉਂਦੇ ਆ। ਲੋਕਾਂ ਨੂੰ ਡੀਸੈਂਟ ਵੇ ਨਾਲ ਡੋਜ ਕਰਕੇ ਇਹ ਆਪਣਾ ਸਿਸਟਮ ਚਲਾਉਣਾ ਚਾਹੁੰਦੇ ਆ। ਅਤੇ ਇਸ 'ਚ ਮੇਰਾ ਖਿਆਲ ਆ ਪੰਜਾਬ ਦੀ ਜਨਤਾ ਜਿਹੜੀ ਆ ਉਸ ਬਦਲਾਅ ਨੂੰ ਸਮਝ ਚੁੱਕੀ ਆ, ਅਤੇ ਨਿਸ਼ਚਿਤ ਆ ਕਿ ਸਾਡਾ ਸਾਥ ਦੇਣਗੇ। ਹਾਂਜੀ, ਲੀਡਰ ਰਹੇ ਹੋ, ਪੁਰਾਤਨ ਲੀਡਰ ਹੋ, ਟਕਸਾਲੀ ਲੀਡਰ ਹੋ, ਤੁਸੀਂ ਇਹੋ ਜਿਹੇ ਟਾਈਮ 'ਤੇ ਪਾਰਟੀ ਨਾਲ ਖੜ੍ਹੇ ਹੋ ਜਦੋਂ ਪਾਰਟੀ ਦਾ ਪੰਜਾਬ 'ਚ ਬਹੁਤ ਵਿਰੋਧ ਹੋ ਰਿਹਾ ਸੀ। ਜਦੋਂ ਮੈਂ ਕਿਸਾਨ ਅੰਦੋਲਨ ਦੀ ਗੱਲ ਕਰਦਾ, ਤੁਸੀਂ ਬਹੁਤ ਵਿਰੋਧਤਾ ਦਾ ਸਾਹਮਣਾ ਕੀਤਾ। ਜਿਹੜੇ ਹੁਣ ਲੀਡਰ ਦੂਸਰੀਆਂ ਪਾਰਟੀਆਂ 'ਚ ਜਿਹੜੇ ਤੁਹਾਡੀ ਪਾਰਟੀ 'ਚ ਆ ਰਹੇ ਨੇ, ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਟਕਸਾਲੀ ਆਗੂ ਨੇ ਉਹ ਥੋੜ੍ਹੇ ਜਿਹੇ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ? ਪਹਿਲੀ ਮੈਂ ਤੁਹਾਨੂੰ ਜਵਾਬ ਦਿੰਦਾ। ਪਹਿਲੀ ਗੱਲ ਤਾਂ ਜਿਹੜੇ ਰਾਜਨੀਤੀ 'ਚ ਲੋਕ ਆਉਂਦੇ ਆ ਨਾ, ਦੋ ਤਰ੍ਹਾਂ ਦੇ ਲੋਕ ਆ ਕਿਸੇ ਵੀ ਪਾਰਟੀ 'ਚ ਹੁੰਦੇ ਆ ਉਹ। ਇੱਕ ਤਾਂ ਆਉਂਦੇ ਆ ਅੱਜ ਕੱਲ੍ਹ ਜਲਦੀ ਅਮੀਰ ਬਣਨ ਲਈ, ਐਜ਼ ਏ ਪ੍ਰੋਫੈਸ਼ਨ ਅਡੋਪਟ ਕਰਦੇ ਆ। ਇੱਕ ਹੁੰਦੇ ਆ ਵਿਚਾਰਧਾਰਾ ਨਾਲ ਜੁੜ ਕੇ ਆਉਂਦੇ ਆ। ਵਿਚਾਰਧਾਰਾ ਵਾਲੇ ਦੋ ਹੀ ਦਲ ਨੇ ਇੱਥੇ, ਇੱਕ ਕਮਿਊਨਿਸਟ ਪਾਰਟੀ, ਇੱਕ ਭਾਰਤੀ ਜਨਸੰਘ ਜਾਂ ਭਾਰਤੀ ਜਨਤਾ ਪਾਰਟੀ। ਇਹ ਵਿਚਾਰਧਾਰਾ ਵਾਲੇ ਦਲ ਨੇ। ਇਹਨਾਂ 'ਚ ਇਹ ਠੀਕ ਆ ਕਿ ਸਾਨੂੰ ਆਪਣਾ ਆਧਾਰ ਵਧਾਉਣ ਲਈ ਦੂਸਰੇ ਲੋਕਾਂ ਨੂੰ ਵੀ ਸ਼ਾਮਿਲ ਕਰਨਾ ਪੈਂਦਾ, ਪਰ ਹੌਲੀ ਹੌਲੀ ਉਹਨਾਂ ਨੂੰ ਸਾਡੀ ਵਿਚਾਰਧਾਰਾ ਅਡੋਪਟ ਕਰਨੀ ਪੈਂਦੀ ਹੈ। ਸੁਨੀਲ ਜਾਖੜ ਦੇ ਪ੍ਰਧਾਨ ਬਣਨ ਦਾ ਸਾਨੂੰ ਇੱਕ ਲਾਭ ਹੋਇਆ ਕਿ ਸਾਡਾ ਫੇਸ ਥੋੜ੍ਹਾ ਸੈਕੂਲਰ ਬਣਿਆ, ਨਹੀਂ ਤਾਂ ਸਾਡੇ 'ਤੇ ਬਹੁਤ ਸਾਰੇ ਆਰੋਪ ਲੱਗਦੇ ਸੀ। ਹੁਣ ਮੇਰੇ ਬਾਰੇ ਵੀ ਤੁਸੀਂ ਕਹਿ ਦਿਓਗੇ ਕੀ ਫਰਕ ਪੈਂਦਾ? ਮੈਨੂੰ ਤਾਂ ਭਾਜਪਾ ਦਾ ਇੱਕ ਉਹ ਸਮਝਦੇ ਆ ਵਿਚਾਰਧਾਰਾ ਨਾਲ ਜੁੜਿਆ ਹੋਇਆ, ਅਤੇ ਉਹਨਾਂ ਨੇ ਕਹਿਣਾ ਤਾਂ RSS ਦਾ ਕੈਡਰ ਦਾ ਬੰਦਾ, ਅਤੇ ਉਹਨਾਂ ਨੇ ਇਸ ਤਰ੍ਹਾਂ ਨਹੀਂ, ਅਸੀਂ ਪਾਰਟੀ 'ਚ ਕਦੇ ਵੀ ਕਿਸੇ ਨੂੰ ਕੰਮ ਦਿੰਦੇ ਹਾਂ ਨਾ, ਸਿੱਖ ਹਿੰਦੂ ਜਾਂ ਮੁਸਲਮਾਨ ਹੋਣ ਕਰਕੇ ਨਹੀਂ ਦਿੰਦੇ, ਅਸੀਂ ਉਹਦਾ ਵਿਚਾਰਧਾਰਾ 'ਚ ਕਿੰਨੀ ਕੁ ਪਰਿਪੱਕਤਾ ਉਹ ਦੇਖ ਕੇ ਦਿੰਦੇ ਹਾਂ। ਪਰ ਹੁਣ ਸਾਡੇ ਜਿਹੜੇ ਲੋਕ ਆਏ ਬੜੀ ਸੂਝਬੂਝ ਨਾਲ ਉਹਨਾਂ ਨੇ ਸ਼ਾਮਿਲ ਕੀਤੇ ਨੇ। ਔਰ ਮੈਨੂੰ ਕਈ ਵਾਰ ਲੋਕ ਕਹਿਣਗੇ, ਜਿਹੜੇ ਪੱਕੇ ਲੋਕ ਨਹੀਂ ਨਾ ਹੁੰਦੇ, ਮਨ 'ਚ ਪੈਸਾ ਕਮਾਉਣ ਲਈ ਆਉਂਦੇ ਆ, ਉਹਨਾਂ ਨੂੰ ਇਹ ਬਹੁਤ ਫਰਕ ਪੈਂਦਾ ਕਿ ਆਹ ਕਿਉਂ ਆ ਗਿਆ, ਆਹ ਕਿਉਂ ਆ ਗਿਆ, ਇਹ ਮੇਰੀ ਜਗ੍ਹਾ ਕਾ ਜੂਗਾ। ਸਾਡੇ ਵਰਗੇ ਬੰਦਿਆਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ, ਬੈਠੇ ਹਾਂ ਨਾ ਤੁਹਾਡੇ ਸਾਹਮਣੇ।